नमस्कार, हम सब ने आपको अपनी वीडियो के माध्यम से पहले भी बताया था कि हम यहाँ पर यूक्रेन में फंस चुके हैं और ये हमें आज आगे भेज रहे हैं फ्रंट लाइन पर। हो सकता है कि ये हमारी आखिरी वीडियो हो, इसके बाद हमारी कोई कॉल मैसेज वीडियो ना आए। इंडियन एम्बेसी से और भारत सरकार से हमारी हाथ जोड़ के निवेदन है कि हमें जल्द से जल्द यहाँ से निकाल दिया जाए और हमारे जैसे भारतीय भाई यहाँ पर और भी फंसे हुए हैं, कृपया करके उनको भी निकाल दिया जाए, कोई रशिया में कोई यूक्रेन में है। धन्यवाद। या तो आर्मी च भर्ती हो जाओ या फिर कट लो जेल। रूस च पंजाबी मुंडे नू इंज धक्के नाल कीता गया आर्मी च भर्ती, फिर बाद दे विच यूक्रेन नाल जंग लड़न लई भेज दिता गया। तो पटियाला जिले के पिंड डकाला दा रहण वाला गुरप्रीत सिंह, जो कि 2023 दे विच स्पेन दे वाकू शहर दे विच घूमण गया सी, 2024 दे विच उसने रूस च जाके अपने ਭਵਿੱਖ ਨੂੰ ਸੁਧਾਰਨ ਦਾ ਫੈਸਲਾ ਲਿਆ। 2024 ਦੇ ਵਿੱਚ ਉਹ ਰੂਸ ਜਾਂਦਾ ਹੈ, ਉੱਥੇ ਉਸ ਨੂੰ ਬਿਨਾਂ ਕਿਸੇ ਮਤਲਬ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉੱਥੋਂ ਦੀ ਆਰਮੀ ਉਸ ਨੌਜਵਾਨ ਨੂੰ ਕਹਿੰਦੀ ਹੈ ਜਾਂ ਤਾਂ ਆਰਮੀ ਦੇ ਵਿੱਚ ਭਰਤੀ ਹੋ ਜਾਓ ਜਾਂ ਫਿਰ ਜੇਲ੍ਹ ਕੱਟ ਲਓ। ਤਾਂ ਨੌਜਵਾਨ ਆਰਮੀ ਦੇ ਵਿੱਚ ਭਰਤੀ ਹੋ ਜਾਂਦਾ ਹੈ। ਪਰਿਵਾਰ ਵਾਲੇ ਵੀ ਬਹੁਤ ਖੁਸ਼ ਹੁੰਦੇ ਨੇ ਕਿ ਮੁੰਡਾ ਰਸ਼ੀਆ ਦੀ ਆਰਮੀ ਦੇ ਵਿੱਚ ਲੱਗ ਗਿਆ ਹੈ, ਪਰ ਉਹਨਾਂ ਨੂੰ ਕਾਲਾ ਸੱਚ ਨਹੀਂ ਪਤਾ ਸੀ। ਜੋਬ ਆਰਮੀ ਦੀ ਇਸ ਪਿੱਛੇ ਚਾਲ ਸੀ ਉਹ ਬਾਅਦ ਦੇ ਵਿੱਚ ਖੁਲਾਸਾ ਹੁੰਦਾ ਹੈ। ਮੁੰਡੇ ਨੂੰ ਯੂਕਰੇਨ ਦੇ ਨਾਲ ਯੁੱਧ ਲੜਨ ਲਈ ਭੇਜ ਦਿੱਤਾ ਗਿਆ, ਧੱਕੇ ਦੇ ਨਾਲ ਉਸ ਨੂੰ ਉੱਥੇ ਰੱਖਿਆ ਗਿਆ, ਘਰ ਨਹੀਂ ਵਾਪਸ ਆਉਣ ਦਿੱਤਾ ਗਿਆ, ਜਿਸ ਤੋਂ ਬਾਅਦ ਮੁੰਡੇ ਨੇ ਇਹ ਵੀਡੀਓ ਜਾਰੀ ਕੀਤੀ। ਤਾਂ ਦੇਖੋ ਇਹ ਵੀਡੀਓ। ਨਮਸਕਾਰ, ਹਮ ਸਭ ਨੇ ਆਪਕੋ ਆਪਣੀ ਵੀਡੀਓ ਕੇ ਮਾਧਿਅਮ ਸੇ ਪਹਿਲੇ ਵੀ ਬਤਾਇਆ ਥਾ ਕਿ ਹਮ ਯਹਾਂ ਪਰ ਯੂਕਰੇਨ ਮੇਂ ਫਸ ਚੁਕੇ ਹੈਂ और ये हमें आज आगे भेज रहे हैं फ्रंट लाइन पर। हो सकता है कि ये हमारी आखिरी वीडियो हो, इसके बाद हमारी कोई कॉल मैसेज वीडियो ना आए। इंडियन एम्बेसी से और भारत सरकार से हमारी हाथ जोड़ के निवेदन है कि हमें जल्द से जल्द यहाँ से निकाल दिया जाए और हमारे जैसे भारतीय भाई यहाँ पर और भी फंसे हुए हैं, कृपया करके उनको भी निकाल दिया जाए, कोई रशिया में कोई यूक्रेन में है। धन्यवाद। तो हुण पिछे नौजवान दे मापे जिन्हों का पिंड दे विच रो रो के बुरा हाल है, उन्होंने कहा है साढ़े पुत नूं साढ़े कोल किसे तरीके नाल भी लियाओ। ਉਹਨਾਂ ਦਾ ਬੇਟਾ ਮਹਿਜ਼ 20 ਸਾਲਾਂ ਦਾ ਹੈ। 15 ਕੁ ਦਿਨ ਪਹਿਲਾਂ ਜਦ ਉਹਨਾਂ ਦੀ ਨੌਜਵਾਨ ਦੇ ਨਾਲ ਗੱਲਬਾਤ ਹੋਈ ਸੀ ਤਾਂ ਉਸ ਵੇਲੇ ਮੁੰਡਾ ਬਹੁਤ ਖੁਸ਼ ਸੀ ਕਿਉਂਕਿ ਉਸਨੂੰ ਫੌਜ ਦੀ ਨੌਕਰੀ ਮਿਲ ਗਈ ਸੀ। ਬਾਅਦ ਦੇ ਵਿੱਚ ਜਦ ਕਾਲਾ ਸੱਚ ਬਾਹਰ ਆਇਆ ਕਿ ਨੌਜਵਾਨ ਨੂੰ ਜੰਗ ਲੜਨ ਦੇ ਲਈ ਸਿਰਫ ਭਰਤੀ ਕੀਤਾ ਗਿਆ ਹੈ, ਤਾਂ ਉਹ ਚਿੰਤਾ ਦੇ ਵਿੱਚ ਆ ਗਏ ਅਤੇ ਹੁਣ ਸਰਕਾਰ ਅੱਗੇ ਗੁਹਾਰ ਲਗਾ ਰਹੇ ਨੇ। ਨਮਸਕਾਰ, ਹਮ ਸਭ ਨੇ ਆਪਕੋ ਆਪਣੀ ਵੀਡੀਓ ਕੇ ਮਾਧਿਅਮ ਸੇ ਪਹਿਲੇ ਵੀ ਬਤਾਇਆ ਥਾ ਕਿ ਹਮ ਯਹਾਂ ਪਰ ਯੂਕਰੇਨ ਮੇਂ ਫਸ ਚੁਕੇ ਹੈਂ और ये हमें आज आगे भेज रहे हैं फ्रंट लाइन पर। हो सकता है कि ये हमारी आखिरी वीडियो हो, इसके बाद हमारी कोई कॉल मैसेज वीडियो ना आए। इंडियन एम्बेसी से और भारत सरकार से हमारी हाथ जोड़ के निवेदन है कि हमें जल्द से जल्द यहाँ से निकाल दिया जाए और हमारे जैसे भारतीय भाई यहाँ पर और भी फंसे हुए हैं, कृपया करके उनको भी निकाल दिया जाए, कोई रशिया में कोई यूक्रेन में है। धन्यवाद। घूमने गया था मेरे गुरप्रीत। अच्छा, हाँ, कदों घूमने गए थे? ये 1.5 महीना हुआ मेरे। हाँ जी, हाँ। थोड़ी जी हुई थी सवेरे, कल तो हुई है सारा दिन, अज तो थोड़ी जी हुई थी। कुछ कहा जी गुरप्रीत ने? मैनू ये कहता मम्मी ठीक हाँ, मैं होर नहीं कोई गल हुई। ਪਹਿਲਾਂ ਵੀ ਘੁੰਮ ਕੇ ਆਏ ਬਾਕੂ ਬੁਕੂ ਵੀਰੇ
ਡਰ ਲੱਗ ਰਿਹਾ ਫਿਰ ਬਹੁਤ ਜ਼ਿਆਦਾ। ਤੇ ਹੁਣ ਬੇਟੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕੀ ਕਿਹਾ ਹੈਗਾ ਵੀ ਕਿਵੇਂ ਜਿਹੜਾ ਹੈ ਕੋਈ ਉਸਦੇ ਨਾਲ ਗੱਲਬਾਤ ਕੀਤੀ ਗਈ ਬੇਟੇ ਨੇ? ਉਹਨੇ ਇਹ ਕਹਿ ਰਿਹਾ ਵੀ ਅੱਗਾ ਭੇਜ ਰਹੇ ਵੀ ਅੱਗਾ ਜਾਣਾ ਨੀ ਚਾਹੁੰਦੇ ਅੱਗਾ ਭੇਜ ਰਹੇ ਮਾਂ ਨੂੰ ਧੱਕੇ ਗਿਰ। ਤੇ ਹੁਣ ਕੋਈ ਸਰਕਾਰ ਨੂੰ ਬੇਨਤੀ ਕਰਦੇ ਹੋ ਬੱਚਿਆਂ ਦੀ ਵਾਪਸੀ ਦੇ ਲਈ? ਉਹ ਤਾਂ ਵੀਡੀਓ ਪਾਏ ਰੱਖੇ ਵੀਰੇ ਉਹਨੂੰ ਜਵਾਕਾਂ ਨੂੰ ਆਪੀ। ਹਾਂ ਕੁਛ ਕਹਿਣਾ ਚਾਹੁੰਦੇ ਜੀ ਕੋਈ ਮੋਦੀ ਸਾਹਿਬ ਨੂੰ? ਬਸ ਵੀਰੇ ਬੱਚੇ ਸਹੀ ਸਲਾਮਤ ਹੋਏ ਸਭ ਮਾਇਆ। ਹੁਣ ਥੋੜੀ ਗੱਲਬਾਤ ਹੋ ਰਹੀ ਹੈ ਜੀ? ਬਸ ਵੇਰੀ ਹੋਈ ਸੀ ਥੋੜੀ ਜਿਹੀ ਮੁੜਕਾ ਨਹੀਂ ਹੋਈ। ਉਹ ਤਾਂ ਜੀ ਘੁੰਮਣ ਗਏ ਤੇ ਜੀ ਜਾ ਕੇ ਉੱਥਾ ਕਹਾ ਵਰਦੀਆਂ ਪਵਾ ਦੀਆਂ ਉਹਨਾਂ ਨੂੰ ਨੌਕਰੀ ਮਿਲ ਗਈ। ਜੋ ਗੱਲਬਾਤ ਹੋਈ ਤੁਹਾਡੇ ਨਾਲ ਕਦੋਂ ਉਹਨੇ ਇਹ ਗੱਲ ਦੱਸੀ ਵੀ ਉਹਨਾਂ ਨੂੰ ਨੌਕਰੀ ਮਿਲ ਗਈ? ਜੋ ਹੋ ਗਏ ਹੁਣ ਅੱਜ ਵਾਲੇ ਦਿਨੇ ਦੱਸੀ ਦੀ ਪਿਛਲੇ ਹਫਤਾ ਹਫਤਾ ਕੋ ਹੋਇਆ ਜੀ। ਉਦੋਂ ਖੁਸ਼ ਸੀ ਜੀ? ਹਾਂ ਤੇ ਉਦੋਂ ਬਾਅਦ ਚ ਵੀਡੀਓ ਆ ਗਈ? ਹਾਂ ਜੀ। ਕੀ ਵੀਡੀਓ ਦੇ ਵਿੱਚ ਆ? ਵੀਡੀਓ ਦੇ ਵਿੱਚ ਜੋ ਹੋਇਆ ਆਇਆ ਜੀ ਮੈਨੂੰ ਵਾਪਸ ਬੁਲਾਇਆ ਗਿਆ। ਬਸ ਤੇ ਕੰਮ ਕੀ ਕਰਦੇ ਹੋ ਨੈਪ ਸਿੰਘ ਜੀ? ਮੈਂ ਖੇਤੀ ਕਰਾਂ ਜੀ। ਅੱਛਾ ਜੀ। ਕਿੰਨਾ ਗਰੀਬ ਪਰਿਵਾਰ ਤੋਂ? ਹਾਂ ਜੀ ਗਰੀਬ ਹੀ ਹਾਂ। ਦੋ ਕਿੱਲੇ ਜੀ। ਵੀਰ ਜੀ ਹੁਣ ਡਰ ਲੱਗ ਰਿਹਾ ਜਿਵੇਂ ਉੱਥੇ ਜੰਗ ਲੱਗੀ ਆਪਣੇ ਬੱਚੇ ਨੇ? ਹਾਂ ਜੀ। ਕਿ ਬਾਈ ਜੀ ਹੁਣ ਤੁਸੀਂ ਕੋਈ ਕਦਮ ਚੱਕਿਆ ਹੈਗਾ ਕੋਈ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹੋ ਬੱਚਿਆਂ ਨੂੰ? ਤੇ ਹੁਣ ਮੀਡੀਆ ਦੇ ਤੁਸੀਂ ਕੀ ਜ਼ਰੀਏ ਅਪੀਲ ਕਰਨਾ ਚਾਹੁੰਦੇ ਹੋ ਸਰਕਾਰੀ ਬੰਦਿਆਂ ਨੂੰ? ਬਈ ਮਾਰਾ ਬੇਟਾ ਸਹੀ ਸਲਾਮਤ ਵਾਪਸ ਆ। ਤੇ ਪਹਿਲਾਂ ਵੀ ਗਏ ਨੇ ਕਿਸੇ ਹੋਰ ਦੇਸ਼ 'ਚ? ਪਹਿਲਾਂ ਉਸਮਾ ਗਏ ਤੇ ਬਾਕੂ ਗਏ ਤੇ ਵੀਰੇ ਪਟਿਆਲੇ ਤੋਂ ਹੀ ਗਏ ਸੀ ਕਿਸੇ ਏਜੰਟ ਦੇ ਕੋਲ। ਬਸ ਤੇ ਹੁਣ ਕਦੇ ਗੱਲਬਾਤ ਹੋਈ ਹੈ ਕਿ ਬੇਟੇ ਨਾਲ? ਕਦੋਂ ਗੱਲਬਾਤ? ਹਾਂ ਜੀ ਸਵੇਰੇ ਕੱਲ ਵੀ ਹੋਈ ਆ ਜੀ, ਸਵੇਰੇ ਵੀ ਹੋਈ ਆ। ਕੀ ਕਿਹਾ? ਕਾ ਠੀਕ ਠਾਕ ਆ ਮੈਂ, ਇਹ ਗੱਲ ਹੋਈ ਆ। ਤੇ ਉਸਨੇ ਕੋਈ ਡਰ ਜ਼ਾਹਰ ਕੀਤਾ ਜਾਂ ਆਪਣੀ ਗੱਲਬਾਤ ਵਿੱਚ? ਨਾ ਜੀ ਹੋਰ ਨਹੀਂ ਕੋਈ ਗੱਲ। ਤੁਹਾਨੂੰ ਫਿਕਰ ਲੱਗ ਰਹੀ ਹੈ? ਹਾਂ ਜੀ। ਵੀ ਜਿਵੇਂ ਜੰਗ ਲੱਗੀ ਆ ਉੱਥੇ? ਹਾਂ ਜੀ। ਟਿੱਕੇ ਹੋਏ ਤੇ ਵੀ ਜਾਣ ਸਾਰਾ ਉਹ ਕਰ ਲਏ ਆਰਮੀ 'ਚ? ਨਰਸ ਸਿੰਘ ਜੀ ਕੀ ਅਪੀਲ ਕੀ ਕਰੋਗੇ ਸਰਕਾਰ ਨੂੰ? ਹਮੇ ਸਰਕਾਰ ਨੂੰ ਜੋ ਇਹ ਕਹਾਂਗੇ ਵੀ ਮੇਰਾ ਬੇਟਾ ਵਾਪਸ ਆ ਜਾਏ। ਸਹੀ ਸਾਰੇ ਬੱਚੇ ਆ ਜਾਏ ਵੀਰੇ ਜਿੰਨੇ ਰਹੇ? ਹਾਂ। ਕਿੰਨੇ ਬੱਚੇ ਕਿੰਨੇ ਲੋਕਲ ਟੋਟਲ ਕਿੰਨੇ ਸੀ ਜੀ? ਇਹ 25 ਕਹਿ ਰਹੇ ਵੀ ਹਮ 25 ਆ। ਹਾਂ ਕੋਈ ਰੂਸ ਆ ਕੋਈ ਅੱਗ ਆ ਜਿਹੜਾ ਲੜਾਈ ਹੋ ਰਹੀ ਉਹ ਪੇਜ ਰੱਖੇ ਆ ਇਸ ਤਰ੍ਹਾਂ ਦੇ। ਉਹਨੂੰ ਤਾਂ ਉੱਥੇ ਪਤਾ ਲੱਗਿਆ ਕਿਸੇ ਨੂੰ ਫੋਨ ਕਰਤਾ ਉਹਨੂੰ, ਫਿਰ ਫੋਨ ਕਰਿਆ ਵੀ ਇਤਰਾਂ ਗੱਲ ਵੀ ਉਹ ਚੱਕਰ ਕੇ ਗਿਆ। ਤੇ ਗੁਰਪ੍ਰੀਤ ਦੀ ਕਿੰਨੀ ਉਮਰ ਸੀ? ਗੁਰਪ੍ਰੀਤ ਦੀ 20 ਸਾਲ ਉਮਰ ਹੈ ਵੀਰੇ। ਹਾਂ ਛੋਟਾ ਜੀ ਕਿ ਵੱਡਾ ਬੇਟਾ? ਬੜਾ ਮੇਰਾ, 2003 ਦਾ ਜਨਮ ਹੈ। ਤੇ ਕੱਲ ਤੁਸੀਂ ਡੀਸੀ ਨੂੰ ਵੀ ਮਿਲੇ ਜੀ ਪਟਿਆਲਾ? ਹਾਂ ਭਾਣ ਜੇ ਗਿਆ ਤਾਂ ਵੀਰੇ। ਹਾਂ ਜਿਹੜੇ ਕੋਈ ਬਾਤ ਕਰੀਆ ਜੋ ਜਾ ਕੇ ਆਇਆ ਤਾਂ। ਮੇਰਾ ਨਾਂ ਜੀ ਗੁਰਦਿਆਲ ਸਿੰਘ, ਅਸੀਂ ਇਸ ਟਾਈਮ ਪਿੰਡ ਜ਼ਿਲ੍ਹਾ ਪਟਿਆਲੇ ਦੇ ਪਿੰਡ ਟਿਕਾਲੇ 'ਚ ਖੜ੍ਹੇ ਹਾਂ ਜੀ। ਇਹ ਜੋ ਸਾਡੇ ਅਸੀਂ ਮਤਲਬ ਕਿ 2-4 ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਸੀ ਵੀ ਸਾਡੇ ਪਿੰਡ ਦੇ ਸਾਡੇ ਪੰਜਾਬ ਦੇ ਮੁੰਡੇ ਜੋ ਕਿ ਮਤਲਬ ਕਿ ਰਸ਼ੀਆ ਦੇ ਵਿੱਚ ਘੁੰਮਣ ਗਏ ਸੀ, ਇਹ ਕੋਈ ਪ੍ਰੋਗਰਾਮ ਸੈਲੀਬ੍ਰੇਟ ਕਰਨ ਗਏ ਸੀ, ਜੋ ਕਿ ਸਾਨੂੰ ਸੂਤਰਾਂ ਤੋਂ ਪਤਾ ਲੱਗ ਰਿਹਾ ਜਾਂ ਸੋਸ਼ਲ ਮੀਡੀਆ ਤੋਂ ਵੀ ਇਹ ਰਸ਼ੀਆ ਦੇ ਵਿੱਚ
ਰਸ਼ੀਆ ਗਵਰਨਮੈਂਟ ਵੱਲੋਂ ਕਹਿ ਲਓ ਜਾਂ ਰਸ਼ੀਅਨ ਆਰਮੀ ਵੱਲੋਂ ਫੜ ਲਏ ਗਏ ਅਤੇ ਉਹਨਾਂ ਨੂੰ ਉਹਨਾਂ ਦੀ ਵੀਡੀਓ ਦੇ ਵਿੱਚ ਹੀ ਸਾਫ਼ ਇੱਕ ਲੜਕਾ ਬੋਲਦਾ ਨਜ਼ਰ ਆ ਰਿਹਾ ਵੀ ਇਹ ਜਾਂ ਤਾਂ ਸਾਨੂੰ ਸਾਡੇ ਨਾਲ ਬੌਂਡ ਸਾਈਨ ਕਰ ਲਓ ਜਾਂ 10 ਸਾਲ ਦੀ ਜੇਲ੍ਹ ਕੱਟੋ ਜਾਂ ਫਿਰ ਸਾਡੇ ਰਸ਼ੀਅਨ ਆਰਮੀ ਦੇ ਲਈ ਯੂਕਰੇਨ ਦੇ ਵਿਰੁੱਧ ਵਾਰ ਲੜੋ। ਅਤੇ ਉਹਨਾਂ ਲੜਕਿਆਂ ਦੇ ਵਿੱਚੋਂ ਇੱਕ ਸਾਡੇ ਪਿੰਡ ਡਕਾਲੇ ਦਾ ਲੜਕਾ ਬੜਾ ਹੋਣਹਾਰ ਲੜਕਾ ਗੁਰਪ੍ਰੀਤ ਸਿੰਘ ਪੁੱਤਰ ਨੈਬ ਸਿੰਘ, ਅਸੀਂ ਸਾਰੇ ਪਿੰਡ ਦੇ ਵਾਸੀ ਹਾਂ ਅਤੇ ਬੜਾ ਹੀ ਚੰਗਾ ਲੜਕਾ ਅਤੇ ਉਸਦਾ ਮਤਲਬ ਕਿ ਆਪਣੇ ਪਿੰਡਾਂ ਦੇ ਵਿੱਚੋਂ ਚੰਗੇ ਕੰਮ ਕਾਰ ਦੇ ਉੱਠਣ ਦੇ ਲਈ ਅਸੀਂ ਬਾਹਰ ਫੋਰਨ ਦੇਸ਼ਾਂ ਦੇ ਵਿੱਚ ਜਾਂਦੇ ਹਾਂ। ਪਰ ਚਲੋ ਅਸੀਂ ਜਾਂਦੇ ਹਾਂ, ਜਾਣ ਦੇ ਨਾਲ ਅਸੀਂ ਆਪਣਾ ਜ਼ਿੰਦਗੀ ਦਾ ਮਨੋਰੰਜਨ ਕਰਨ ਲਈ ਇੱਧਰ ਉੱਧਰ ਘੁੰਮਣ ਵੀ ਜਾਂਦੇ ਹਾਂ, ਚਾਹੇ ਅਸੀਂ ਪੰਜਾਬ 'ਚ ਹੋਈਏ ਚਾਹੇ ਵਿਦੇਸ਼ਾਂ ਵਿੱਚ। ਸਾਡੇ ਪੰਜਾਬੀ ਕਲਚਰ ਨੂੰ ਅਸੀਂ ਪ੍ਰਫੁੱਲਿਤ ਕਰਨ ਦੇ ਲਈ ਵੀ ਅਸੀਂ ਖੁਸ਼ੀ ਰਹਿਣ ਦੇ ਲਈ ਘੁੰਮਣ ਜਾਂਦੇ ਹਾਂ, ਪਰੰਤੂ ਜਦੋਂ ਅਸੀਂ ਇਸ ਤਰ੍ਹਾਂ ਵੱਖ ਵੱਖ ਦੇਸ਼ਾਂ ਦੇ ਵਿੱਚ ਜਾ ਕੇ ਸਾਡੇ ਨਾਲ ਇਸ ਤਰ੍ਹਾਂ ਦੇ ਧੱਕੇ ਹੁੰਦੇ ਹਾਂ, ਚਾਹੇ ਉਹ ਰਸ਼ੀਅਨ ਆਰਮੀ ਕਰ ਰਹੀ ਆ ਜਾਂ ਰਸ਼ੀਅਨ ਗੌਰਮੈਂਟ ਕਰ ਰਹੀ ਆ, ਪਰੰਤੂ ਉਹਦੇ ਵਿੱਚ ਸਾਡੇ ਜੋ ਪਿੰਡਾਂ ਦਾ ਯੂਥ ਨੌਜਵਾਨ ਜਾਂਦਾ ਉਹਨੂੰ ਕਿਡਨੈਪ ਕਰਿਆ ਜਾਂਦਾ ਤਾਂ ਇਹ ਬਹੁਤ ਮਾੜੀ ਗੱਲ ਆ। ਅਸੀਂ ਸਾਡੀ ਮੰਗ ਇਹੀ ਆ ਜੀ ਵੀ ਸਾਡਾ ਇਹ ਪਿੰਡ ਦਾ ਲੜਕਾ ਵੀ ਇਹ ਸੁੱਖੀ ਸਾਂਦੀ ਆਪਣੇ ਘਰ ਦੇ ਵਿੱਚ ਵਾਪਸ ਆਏ, ਆਪਣੇ ਪਰਿਵਾਰ ਦੇ ਵਿੱਚ ਆਏ। ਬੜਾ ਹੀ ਲੋੜਵੰਦ ਜਿਹਾ ਪਰਿਵਾਰ ਆ, ਆਪਣੇ ਪਰਿਵਾਰ ਨੂੰ ਉੱਚਾ ਚੱਕਣ ਦੇ ਮਾਰੇ ਇਹ ਆਪਣੀ ਗਰੀਬੀ ਨੂੰ ਦੂਰ ਕਰਨ ਦੇ ਮਾਰੇ ਵਿਦੇਸ਼ਾਂ 'ਚ ਕੰਮ ਕਰਨ ਜਾਂਦੇ ਨੇ। ਪਰ ਕਿ ਜ਼ਮੀਨ ਵੀ ਇਹਦੇ ਕੋਲ ਕੋਈ ਜ਼ਿਆਦਾ ਨਹੀਂ, ਪਿੱਛੋਂ ਵੀ ਕੋਈ ਜ਼ਿਆਦਾ ਬਹੁਤ ਜ਼ਿਆਦਾ ਬੈਕਗਰਾਊਂਡ ਅਮੀਰ ਨਹੀਂ ਹੈਗੀ। ਹਾਂ, ਪਰਿਵਾਰ ਦੇ ਹਾਲਾਤ ਬਹੁਤ ਜ਼ਿਆਦਾ ਨੇ, ਇਹ ਇੱਕ ਕਮਰੇ ਦੇ ਵਿੱਚ ਗੁਜ਼ਾਰਾ ਕਰ ਰਹੇ ਨੇ। ਰੋਟੀ ਗੁਜ਼ਾਰਾ ਕਰਨ ਦੇ ਲਈ ਇਹਨਾਂ ਨੇ ਆਪਣਾ ਚੰਗਾ ਜੀਵਨ ਬਤੀਤ ਕਰਨ ਲਈ ਬਾਹਰ ਭੇਜਿਆ, ਇੱਕ ਕਮਰਾ ਇਹਨਾਂ ਦੇ ਕੋਲ।